अस्सलामुअलैकुम दोस्तों, मैं आपका अपना हमजा ताहिर। असी ना नाज़रीन इत्थे आए सीगे प्रैंक शूट करन, ते अज दे दिन सानू पता लगा कि टिकटॉकर बड़े ना, मतलब कि मज़ेदार टिकटॉकर जिन्हां नू कहा जांदा, कि ओह मतलब सामने बैठे होए ने चार पंज वाहवा ही जाने, ते आए हो तुहानू मैं मिलाना उहनां दे नाल, ते उहनां दा मज़ा लैंदे आ। तो बड़े बड़े मज़ाइया मुंडे ने, बड़े बड़े मतलब शौके अजकल दे, आयो जरा मेरे नाल, ते आयो जरा। हाँ एक तो मेरे पिछे भी टिकटॉकर है। हाँ अच्छा अच्छा, आयो जरा, आयो नाज़रीन मेरे नाल, आयो जरा। पेटी जी सेफ भाई बार तुसी बार आओ जरा, बार आओ भाई, मेनू जेल च कढ़न लगे बार आओ। झाड़ू लै जाके यार, सोचन ने मतलब, हां सोचन ने, हले सोचन ने की जगह तमीर करनी किसी ने, इतने जगह हलना नहीं है। मारदा दसो मैं, जुगत की मारनी जुगत मारनी है। चलो भी नवे प्लाजे ते गए, उत्थे आपी बुआ खुल गया, कहिंदा इत्थे साया वा, प्लाजे आपी खुल दे भाई। तेरे भाई नु शार्ट पै गई, तेरे ना यारा भाई नु फोन करता, कहिंदा छेती आओ मेरे भरा नु शार्ट पै गई छेती आओ, इन्नी छेती आए इन्नू भी थले देता। आओ भाई ओदा मुंह वेलो, थाने च मेहंदी कड्डी, थाने च मेहंदी कड्डी भाई दा मुंह वेलो, पुंजे बुरकी लाई पुंजे कोर वेद यही नहीं भाई दा मुंह वेलो, सुकी नहर च कच्चे लाए पिछले हफ्ते किसी ना किता सी, बाकी हुण नहीं किसी ना किता सी। की जुगत मारनी की ए बाहर गया ते ना, उत्थे एक ना अंग्रेज घर बच्चा आया ते उन्हां नूं की कह रहा था, नाम कबूर रख लो। बाहर गया कक्खे वाला ली बुड्ढी नूं वेखना सलाम दादी, इन्हें भी भाई चेज़ चो कुट खा ली, उत्थे एक आंटी जा रही उन्हें कहना की लाना आपां। चलो भाई
ਭਾਈ ਤੁਸੀਂ ਅਜੇ ਲੋੜੋ ਕਜ਼ਨ ਆਏ ਤੇ ਉਹਨਾਂ ਨੂੰ ਰੂੜੀ ਤੇ ਲੈ ਗਿਆ ਬੈਠੋ ਆਪਣਾ ਡੇਰਾ ਬਾਈ ਦਾ ਮੂੰਹ ਵੇਲੋ ਯਾਰਾਂ ਬਾਈ ਚ ਕਸਟਰ ਆਇਆ ਬਾਈ ਦਾ ਮੂੰਹ ਵੇਲੋ ਪੁੰਜੇ ਬੁਰਕੀ ਲਈ ਬੇਟਾ ਅੱਗੇ ਵੀ ਕਰਤੀ ਕਿੰਨੀਆਂ ਕੁ ਬੁਰਕੀਆਂ ਦੇਖੋ ਜਾਇਆ ਨਹੀਂ ਹੋਣੀਆਂ ਬਾਈ ਜੀਪ ਤੇ ਮਕੜੀ ਲੜਾ ਕੇ ਤੇ ਜੱਤਾ ਤਨ ਜਾਲੇ ਕੱਢ ਰਿਹਾ ਸਪਾਈਡਰਮੈਨ ਆ ਬਾਈ ਹੁਣਾਂ ਦੀ ਸਾਰੀ ਫੈਮਿਲੀ ਕਾਲੀ ਤੇ ਬਾਹਰ ਬੂਹੇ ਤੇ ਲਹਾਇਆ ਵਾਈਟ ਹਾਊਸ ਸਾਰੀ ਫੈਮਿਲੀ ਕਾਲੀ ਤੇ ਬਾਹਰ ਬੂਹੇ ਤੇ ਲਗਾਇਆ ਵਾਈਟ ਹਾਊਸ ਇਹਦਾ ਨਾਂ ਕਾਲਾ ਹੁੰਦਾ ਸੀ ਤੇ ਇਹਨੂੰ ਬਾਹਰ ਇੱਕ ਭਾਈ ਬੁਲਾ ਲਾਇਆ ਕਹਿੰਦਾ ਕਾਲੇ ਤੇ ਉਹ ਤੋਂ ਵੀ ਕਾਲਾ ਸੀ ਬਾਹਰ ਨਿਕਲ ਕਹਿੰਦਾ ਕਹਿੰਦਾ ਕਾਲਾ ਨਹੀਂ ਘਰ ਬਾਈ ਦਾ ਮੂੰਹ ਵੇਲੋ ਚਿਮਟੇ ਨਾਲ ਬਰਾਤ ਲੁੱਟੀ ਉੱਡ ਕੇ ਲੁੱਟ ਰਹੇ ਆ ਬਾਈ ਦੇ ਬੁੱਲ ਵੇਖੋ ਜਿਵੇਂ ਦਰੀ ਫੋਲਡ ਕੀਤੀ ਇੱਕ ਮਿੰਟ ਯਾਰ ਇੱਕ ਮਿੰਟ ਭਾਈ ਨਾ ਇੱਥੇ ਬੈਠੋ ਤੇਰਾ ਤੁਸੀਂ ਬਹਿ ਜਾਓ ਮਿਹਰਬਾਨੀ ਤੁਹਾਡੀ ਭਾਈ ਬਹਿ ਜਾਓ ਇੱਥੇ ਭਾਈ ਬਹਿ ਜਾਓ ਇੱਥੇ ਭਾਈ ਤੁਸੀਂ ਵੀ ਬਹਿ ਜਾਓ ਹਾਂ ਉਹ ਪੁੰਜੇ ਬੁਰਕੇ ਲੈ ਤੁਸੀਂ ਬਹਿ ਜਾਓ ਭਾਈ ਤੁਹਾਨੂੰ ਕੋਈ ਜੋਗਤ ਨਹੀਂ ਆਉਂਦੀ ਨਹੀਂ ਵੀਰੇ ਮੈਂ ਲਾਣੀ ਨਹੀਂ ਭਾਈ ਇਹਨੂੰ ਸਿਰਫ ਥੁੱਕ ਆਉਂਦਾ ਉਸ ਭਾਈ ਦਾ ਮੂੰਹ ਉੱਤਰ ਬਾਈ ਅੰਤ ਵੇਖੀ ਆ ਸਾਰਿਆ ਪੀਲਾ ਮੈਂ ਕਿਹਾ ਉਸ ਭਾਈ ਦਾ ਮੂੰਹ ਭਾਈ ਬਾਈ ਦਾ ਮੂੰਹ ਵੇਲੋ ਗੰਨੇ ਚ ਸਿਮ ਪਾਈ ਭਾਈ ਤੁਸੀਂ ਖੜੇ ਹੋ ਇੱਧਰ ਆਓ ਤੁਸੀਂ ਖੜੇ ਹੋ ਇੱਧਰ ਆਓ ਤੁਸੀਂ ਭਾਈ ਨਾ ਖੜੇ ਰਹੋ ਤੁਸੀਂ ਕੋਈ ਜੁਗਤ ਆਉਂਦੀ ਤੁਹਾਨੂੰ ਚੁੱਟੀ ਵੀ ਲਾਉਂਗਾ ਜੀ ਲਾਲ ਹੋਈ ਇਹ ਕੋਈ ਲੋਜੀਕਲ ਗੱਲ ਨੀ ਹੈ ਹਾਂਜੀ ਸਰ ਭਾਈ ਨੂੰ ਰਾਣੇ ਨਾਲ ਵੱਡੀ ਤੇ ਬੱਕਰਾ ਕਰਨਾ ਸੀ ਤੇ ਇਹਨਾਂ ਨੂੰ ਬੱਕਰਾ ਨੀ ਲੱਭਾ ਇਹਨਾਂ ਨੇ ਕੱਟੇ ਦਾ ਸੋਚ ਲਿਆ ਭਾਈ ਇਹਨਾਂ ਨੇ ਛੁਰੀ ਚਲਾਉਣ ਦੀ ਸੋਚੀ ਛੁਰੀ ਚੱਲੇ ਇਹਨਾਂ ਨੇ ਮੂੰਹ 'ਚ ਬੰਬ ਲਾ ਦਿੱਤਾ ਪਰ ਜਿੰਨਾ ਜਿੰਨਾ ਦੇ ਸਕਦੇ ਉਹਨਾਂ ਨਾਲ ਘਰ ਪਹੁੰਚ ਗਿਆ ਹਾਂ ਆਪਾਂ ਹੀ ਪਹੁੰਚ ਗਿਆ ਜਿੰਨਾ ਜਿਆਦਾ ਹਿੱਸਾ ਪਾਇਆ ਬਾਈ ਮੈਨੂੰ ਨਹੀਂ ਆਉਂਦੀ ਇਹਨੂੰ ਪੁੱਛ ਬਾਈ ਦਾ ਮੂੰਹ ਵੇਲੋ ਗੋਰ ਮਿੱਟੀ ਝਾੜੂ ਹੁੰਦਾ ਬਾਈ ਦੀ ਸਾਲ ਗਿਰਾ ਸੀ ਇਹਨਾਂ ਨੂੰ ਕੇਕ ਕੱਟਣ ਵਾਸਤੇ ਛੁਰੀ ਨਹੀਂ ਲੱਭੀ ਇਹਨਾਂ ਨੂੰ ਤੁਸੀਂ ਸਾਈਕਲ ਲਗਾ ਦਿੱਤਾ ਭਾਈ ਨੇ ਨਾ ਅੰਗੂਰਾਂ ਦੀ ਰੇਹੜੀ ਲਾਈ ਬਾਹਰ ਭਾਈ ਨੇ ਅੰਗੂਰਾਂ ਦੀ ਤੇ ਇਹਨੇ ਨਜ਼ਰ ਵਾਲੀ ਐਨਕ ਲਵਾ ਲਈ ਤੇ ਬਾਹਰ ਆ ਕੇ ਕਹਿੰਦਾ ਪਾਪ ਘਾਨੇ ਕਿੱਦਾਂ ਲਾਏ ਇਹ ਕਹਿ ਕੇ ਨੇੜ ਦੀ ਐਨਕ ਲਵਾ ਲਈ ਪੂਰੀ ਗੱਲ ਕਰਿਆ ਕਰ ਅੱਜ ਕੱਲ੍ਹ ਦੇ ਮੁੰਡੇ ਨਹੀਂ ਸਮਝਦੇ ਆਹ ਭਾਈ ਨਾ ਵੱਡਾ ਸਾਰਾ ਬਾਂਸ ਲੈ ਕੇ ਜਾ ਰਿਹਾ ਮੈਂ ਕਿਹਾ ਕਿੱਥੇ ਚੱਲਾ ਕਹਿੰਦਾ 400 ਵਾਲਾ ਗੋਲਾ ਲੈਣ ਇਹਨੂੰ ਉੱਤੇ ਲਵਾਲਾ ਇਹਦੇ ਇਹਨਾਂ ਦੀ ਗਲੀ ਚੋਂ ਇੱਕ ਪੈਰੀ ਛਲੈ ਕੇ ਨੰਗਾ ਦਿਆਂ ਨੂੰ ਕਹਿੰਦਾ ਤੈਨੂੰ ਮੈਂ 50 ਰੁਪਏ ਦਾਂਗਾ ਮੇਰੇ ਬੁੜੇ ਨੂੰ ਪਵਾ ਇਹ ਵੀ ਭਾਈ ਇਹ ਵੀ ਗਲੀ ਚੋਂ ਰਿੱਛ ਲੈ ਕੇ ਨੰਗਾ ਦਿਆ ਤੇ ਰਿੱਛ ਨੂੰ ਦੇਖ ਕੇ ਜਾਂਦਾ ਹੋਰ ਉਸਤਾਦ ਜੀ ਕਾਲਾ ਸੂਟ ਪਾ ਕੇ ਛੱਤ ਸੁੱਤਾ ਤੂੰ ਦੁਕਾਨ ਲੰਘਦੇ ਕਹਿ ਰਹੇ ਬੋਸ ਹੋਣੀ ਫੋਤ ਹੋ ਗਏ ਆ ਬਾਈ ਹੋਰੀ ਵੀ ਦੁਕਾਨ ਤੇ ਗਏ ਕਹਿੰਦੇ ਕੇਕ ਆਇਆ ਕਹਿੰਦੇ ਨਹੀਂ ਕਹਿੰਦਾ ਮੈਨੂੰ ਰੱਖ ਲਓ ਲੋਕਾਂ ਨੇ ਵਾਰ ਰੱਖੇ ਹੁੰਦੇ ਤੁਸੀਂ ਕਰੀਮ ਰੋਲ ਪਈ ਹੈ ਕੀ ਆਪਣੀ ਦਾਦੀ ਦੀ ਰੀਸ ਕਰ ਰਹੇ ਚੱਲ ਰਿਹਾ ਨਹੀਂ ਸਰ ਜੀ ਹੁਣ ਤੁਸੀਂ ਅੱਗੇ ਇੱਧਰ ਨੂੰ ਕਰਦੀ ਨੀ ਚਲੋ ਉਧਰ ਹੋਣਾ ਹਾਂਜੀ ਭਾਈ ਨੇ 11 ਬਜੇ ਵਾਲਿਆਂ ਕੁੱਟ ਖਾ ਲਈ ਉਹਨਾਂ ਨੂੰ ਕਹਿੰਦਾ ਮੈਂ ਅੱਗੇ ਬਹਿ ਕੇ ਜਾਣਾ ਬਾਈ ਜਨਮਦਾਰੀ ਵੇਖਣ ਗਿਆ ਉਹਨੇ ਸੱਪ ਸਿੱਟੇ ਚੁੱਕ ਕੇ ਖਿੱਚ ਕੇ ਲਾਪੇ ਆ ਭਾਈ ਨਹਿਰ ਚ ਨਹਾਉਂਦੇ ਤੇ ਅੱਗੇ ਨਾ ਸੱਪ ਆ ਗਿਆ ਸੱਪ ਨੂੰ ਵੇਖ ਕੇ ਕਹਿੰਦਾ ਸੱਪ ਸੱਪ ਇਹਨੂੰ ਵੇਖ ਕਹਿੰਦਾ ਸੱਪ
ਭਾਈ ਨਾ ਧੁੰਦ ਚ ਖਲੋਤਾ ਤੇ ਕੱਲਾ ਹੀ ਰੋਈ ਜਾਵੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਧੁੰਦ ਚ ਕੋਈ ਮਾਰ ਗਿਆ ਮੈਨੂੰ। ਤੇਰਾ ਨਾਮ ਕੀ ਹੈ ਮੈਨੂੰ ਇਹ ਦੱਸ। ਭਾਈ ਮੇਰਾ ਨਾਮ ਨਾ ਜਾਦੂ। ਜਾਦੂ ਤੇ ਬੇਟਾ ਹੋਇਆ ਕਿਤੇ ਤੇ ਕਿਸੇ ਤੇ ਹੋਇਆ? ਸਾਡਾ ਨਹੀਂ ਪੁੱਛੋਗੇ? ਸਾਡਾ ਨਹੀਂ ਪੁੱਛੋਗੇ ਬੇਟਾ, ਤੇਰੇ ਘਰ ਦੇ ਲਈ ਪੁੱਛਦੇ ਤੈਨੂੰ। ਮੈਂ ਕਿਹਾ ਪੁੱਛੋ ਠੀਕ ਹੋਵੇ। ਅੱਛਾ ਭਾਈ ਤੁਹਾਡਾ ਨਾਮ ਕੀ ਹੈ ਭਾਈ? ਮੇਰਾ ਨਾਮ, ਤੁਮ ਕਹਾਂ ਖੜੇ ਹੋ? ਡਿਫੈਂਸ ਸਿਟੀ। ਡਿਫੈਂਸ ਸਿਟੀ ਖੜੇ ਹਾਂ। ਨੋ ਨੋ, ਆਪ ਤਾਂ ਬੈਠੇ ਹੋ ਬਈ। ਮੇਰਾ ਨਾਮ ਉਹ ਨਾਮ ਹੈ ਗੁੰਮਸ਼ੁਦਾ। ਫਿੱਟਸ਼ੁਦਾ। ਆ ਬਾਈ ਨਾ ਫੁੱਲ ਸੀਰੀਅਸ ਹੋ ਕੇ ਨਾ ਚਾਦਰ ਦੀ ਬੁੱਕਲ ਇਹਨੇ ਚਾਦਰ ਉੱਤੇ ਲਈ ਤੇ ਭਾਈ ਜਾ ਰਿਹਾ ਲਾਹੌਰ ਵੱਲ ਨੂੰ ਜਾ ਰਿਹਾ। ਇਹਨੇ ਭਾਈ ਉੱਥੇ ਫਿਰ ਬੁੱਕਲ ਖੋਲ ਕੇ ਦੁਬਾਰਾ ਬੁੱਕਲ ਮਾਰਨ ਲੱਗਾ, ਵਾਪਸ ਨੂੰ ਮੂੰਹ ਹੋ ਗਿਆ, ਪਿੱਛੇ ਫੈਸਲਾਬਾਦ ਹੀ ਆ ਗਿਆ, ਘੁੰਮ ਕੇ ਵਾਪਸ ਆ ਗਿਆ। ਘੰਟਾ ਘਰ ਕਿੱਥੇ? ਮੈਂ ਉੱਥੇ ਜਾਓ ਕਿਹੜਾ ਕੰਮ ਤੇ ਜਾਂਦਾ। ਸਾਰੇ ਜਿਸਮ ਦਾ ਘੜੀਆਂ ਬੰਨੀਆਂ। ਮੈਂ ਕਿਹਾ ਕਹਿੰਦਾ ਘੰਟਾ ਘਰ ਦਾ ਮਰੀਜ਼ ਹੋ ਗਿਆ। ਭਾਈ ਨੂੰ ਡੈਵੋ 'ਚ ਚੜ ਗਏ ਭਾਈ, ਉਹਨਾਂ ਨੇ ਇਹਨਾਂ ਨੂੰ ਥੱਲੇ ਲਾ ਦਿੱਤਾ ਭਾਈ, ਉਹਨਾਂ ਨੇ ਟਾਇਰ 'ਤੇ ਦੰਦੀਆਂ ਵੱਢਣ ਲੱਗ ਪਏ। ਕੰਧ ਕੀਤੀ ਗੋਏ ਨਾਲ ਲੈਂਟਰ ਭਰਿਆ। ਭਾਈ ਦੀ ਫਿਲਮ ਆਈ ਭੁੱਖਾ ਗੁੱਜਰ। ਭੁੱਖਾ ਗੁੱਜਰ ਆ ਭਾਈ ਦਾ ਮੂੰਹ ਵੇਲੇ ਖੁਸਰੇ ਦੀ ਅੱਡੀ ਹੁੰਦੀ ਆ। ਅਜੀ ਟੱਪਦੀ ਬਹੁਤ ਆ ਭਾਈ, ਤੁਸੀਂ ਨਹੀਂ ਕੋਈ ਜੁਗਤ ਕਰ ਰਹੇ? ਨਹੀਂ ਭਾਈ, ਇਹ ਦਿਮਾਗ ਕਰ ਰਿਹਾ ਕਿ ਮੈਨੂੰ ਜੁਗਤ ਆਈਏ ਕਿ ਮੈਨੂੰ ਕੋਈ ਜੁਗਤ ਆਈ। ਇਸ ਗੌਰਮੈਂਟ ਨੇ ਐਲਾਨ ਕੀਤਾ ਕਿ ਸਭ ਤੋਂ ਪੁਰਾਣਾ ਜਿਹੜਾ ਘਰ ਹੋਏਗਾ ਅਸੀਂ ਉਹਨੂੰ ਲੱਖ ਲੱਖ ਰੁਪਈਆ ਦੇਵਾਂਗੇ। ਆ ਭਾਈ ਨੇ ਆਪਣੀ ਕੰਧ ਲਿਖਦਾ ਵੈਲਕਮ ਕਹਿ ਦਿਆ। ਛੱਡ ਮਰੇ, ਇੰਨੀ ਘੁੱਟ ਕੇ ਮੈਂ ਫੜਿਆ ਇਹੋ ਜਿਹੇ ਖੁਸ਼ੇ ਨਾਤੇ ਨਾਲ ਡਿੱਗ ਜਾਂਦੇ ਉਹ ਸ਼ੁਕਰ ਤੇਜ਼ ਹੋ ਗਈ। ਸਾਰੇ ਭਾਈ ਨਹਿਰ ਚ ਨਹਾ ਰਹੇ ਆ ਤੇ ਹੁਣ ਆ ਭਾਈ ਦਾ ਵੀ ਦਿਲ ਕੀਤਾ ਨਹਿਰ ਚ ਨਹਾਉਣ ਨੂੰ। ਇਹਨੇ ਭਾਈ ਛਾਲ ਮਾਰਤੀ ਤੇ ਗੋਡੇ ਗਿੱਟੇ ਛਿੱਲੇ ਗਏ, ਇਹਨੇ ਅੰਡਰਪਾਸ ਚ ਮਾਰਤੀ। ਸਾਨੂੰ ਬੇਰੋਜ਼ ਨਾ ਕਰ। ਭਾਈ ਹੋਰੀ ਨਾ ਦੁੱਧ ਵਾਲਾ ਛਾਪ ਲੈ ਕੇ ਰੂੜੀ ਤੇ ਫੇਰੇ, ਮੈਂ ਕਿਹਾ ਇਹ ਕਰ ਕਹਿੰਦੇ ਰਸ ਲੱਭ ਰਹੇ। ਭਾਈ ਨਾ ਕੱਲਾ ਖਲੋ ਕੇ ਤੇ ਡਾਂਸ ਕਰੀ ਜਾਏ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੁੰਜੇ ਮਸਤ ਮਾਹੌਲ ਮੈਂ ਜੀਣੇ ਦੋ। ਰੈਪ ਡਰਨਾ ਨਹੀਂ ਹੈ, ਇਹ ਆਪਣੇ ਗੁਰੀਲਾ ਭਾਈ ਨੇ। ਅੱਛਾ ਯਾਰ ਖਲੋਓ ਜਰਾ, ਤੁਸੀਂ ਬੈਠੇ ਰਹੋ ਯਾਰ, ਫਿਰ ਰਹਿੰਦੇ ਰਹੋ ਯਾਰ। ਚਲੋ ਠੀਕ ਹੈ, ਅਗਰ ਉੱਦਾਂ ਨਹੀਂ ਆ ਉੱਦਾਂ ਨਹੀਂ ਰਹਿਣ ਦੇ। ਆ ਮੁੰਡਾ ਰੈਪ ਸੁਣਨ ਲੱਗਾ ਸਰ, ਰੱਖ ਪੈਰ ਚਲੀਏ ਸ਼ਹਿਰ। ਅੱਛਾ ਰੱਖ ਪੈਰ ਚਲੀਏ ਸ਼ਹਿਰ, ਫੈਸਲਾਬਾਦ। ਯਾਰ ਇੱਕ ਮਿੰਟ ਯਾਰ, ਇੱਕ ਇੱਕ ਵਾਰੀ ਸੁਣਾਓ ਸਾਰੇ
ਗੁਮਸ਼ੁਦਾ ਮਿਲਾਂਗੇ ਜਰਾਬਾਂ ਵਾਲੇ ਤਸਮਿਆਂ ਵਾਲੇ ਜੋਗਰਾਂ ਵਾਲੇ ਠੀਕ ਹੋ ਕਿੱਥੇ ਮਿਲਾਂਗੇ ਇੱਕ ਵਾਰੀ ਫਿਰ ਤਸਮਿਆਂ ਵਾਲੇ ਜੋਗਰਾਂ ਵਾਲੇ ਉੱਥੇ ਤੁਹਾਨੂੰ ਮਿਲਵਾਂਗੇ ਆਣ ਕੇ ਤੁਹਾਡੇ ਨਾਲ ਸੈਲਫੀ ਖਿੱਚਣੀ ਤੇ ਉਹ ਅਸੀਂ ਭਲਾ ਕਿੱਥੇ ਹੋਊਂਗਾ ਅੱਜ ਅਸੀਂ ਆਏ ਕੀ ਕਰਨ ਸੀ ਹੋ ਕੀ ਗਿਆ ਆਇਓ ਫਿਰ ਤੁਹਾਨੂੰ ਮਿਲਾਂਗੇ ਨਹੀਂ ਇੱਕ ਜੁਗਤ ਕਰਕੇ ਤੂੰ ਕਮੇਟੀਆਂ ਮਾਰ ਕੇ ਜੁਗਤਾਂ ਨਹੀਂ ਇੱਕ ਜੁਗਤ ਭੁੱਲ ਗਈ ਠੀਕ ਹੈ ਨਾਜ਼ਰੀਨ ਓਕੇ।